सिख प्रचारक कवीशर ते ढाडी जथिया ने कोरोना महामारी दरमियान 5 लाख की मदद गुरु के लंगर लिए पाई है। इन्हां वालों ये रकम SGPC मुखी गोबिंद सिंह लोंगोवाल नूं सौंपी गई। इन्हां वालों पंथ का कर्ज मोड़िया गया है। आपो अपनी समर्था मुताबक लोड़वंदां लई दशवंध कढ़िया गया है। इन्हां ने अपना फर्ज निभाया है तो आपो अपनी पुज्जत तहत लंगर लई दशवंध कढ़ दिता है। पर संगत के सिर ते अपनियां झोलियां भरन वाले बाबे अते साध अज कित्थे हन, इह इक वड्डा सवाल है। कोरोना आया तां इह बाबे आपो अपने घुरनियां विच जा लुके हन। सोशल मीडिया ते मीह पवाउण अते मीह हटाउण दीआं फड़ां मारन वाला करामाती कहाउंदा जोनी बाबा हुण लभिआ वी नहीं लभदा। ब्रह्म कवच नाल सारे दुख दूर करन दे दावे करन वाला ठाकुर सिंह पटियाले वाले दी वी कोई बिड़क नहीं। हरी प्रसाद रंधावे वाले समेत बाबिआं दा लाणा बाणा, ढक्की वाला, पिहोवी वाला, भूरी वाला, रूमी वाला, नामधारी, ये सारे हुण किधर गए, ये हुण लभिआ वी नहीं मिलदे। खासकर अपग्रेड साध अजकल डिजिटल जरिए कमाई च मशरूफ है, पर संगत दी मदद लई धेला वी दान नहीं दे रहा। उपरों जो कुछ कर रहे हन उन्हां दी पुणछुण नित कर रहा है। बकायदा अपनी वीडियो हेठ पेटीएम नंबर दे के दान लई झोड़ी अड्डी खड़ा अपग्रेड साध हुण वीडियो जारी कर लोकां नूं दान दी अपील कर रहा है। मेडिकल स्टाफ लई PPE किटां खरीदण लई मदद दी गुहार ला रहा है। ढड्डरियां वाला की इह संगत नूं दसण जोगा है कि उसने किन्नियां PPE किटां खरीद किसी ਹਸਪਤਾਲ ਲਈ ਦਾਨ ਕੀਤੀਆਂ ਹਨ ਜਾਂ ਹੋਰ ਵੀ ਮੈਨੂੰ ਸੁਣਦੇ ਵੀ ਹੈ ਜਿਹੜੇ। ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਡਾਕਟਰਾਂ ਦੀ ਇਹ ਬਹੁਤ ਵੱਡੀ ਡਿਮਾਂਡ ਹੈ ਕਿ ਤੁਸੀਂ ਉਹ ਕਿਟਾਂ ਜਿਹੜੀਆਂ ਨੇ ਖਰੀਦ ਕੇ ਦੇ ਸਕਦੇ ਜਿਹਦੇ ਕਰਕੇ ਕੋਰੋਨਾ ਵਾਇਰਸ ਜੇ ਕਿਸੇ ਨੂੰ ਹੁੰਦਾ ਹੈ ਤਾਂ ਡਾਕਟਰ ਆਪਣੀ ਪ੍ਰੋਟੈਕਸ਼ਨ ਕਰ ਸਕਣ ਉਹਦੇ ਤੋਂ। ਉਹਦੀ ਹੈਲਪ ਕਰੋ, ਜਿਹੜੀ ਚੀਜ਼ ਦੀ ਜਿਸ ਵੇਲੇ ਜ਼ਰੂਰਤ ਹੋਵੇ ਉਹੀ ਅਸੀਂ ਦਈਏ, ਪ੍ਰੋਵਾਈਡ ਕਰੀਏ, ਉਹ ਬੜੀ ਧਿਆਨ ਚ ਰੱਖਣ ਵਾਲੀ ਗੱਲ ਹੈ। ਦੂਜਿਆਂ ਨੂੰ ਨਸੀਹਤ ਅਤੇ ਖੁਦ ਮੀਆਂ ਫਜੀਹਤ ਹੋਣ ਦਾ ਲੇਬਲ ਮੱਥੇ ਤੇ ਲਾਈ ਵਾਰ ਵਾਰ ਸੰਗਤ ਨੂੰ ਹਲੂਣਦਾ ਰਹੇਗਾ, ਆਪਣੇ ਗੋਡਿਆਂ ਦੇ ਵੀ ਭਾਰ ਪਾਵੇਗਾ। ਉਸ ਨੂੰ ਖੁਦ ਦਾਨ ਦੇ ਕੇ ਕੋਈ ਆਦਰਸ਼ ਸਾਬਤ ਕਰਨਾ ਚਾਹੀਦਾ, ਪਰ ਉਸਦੇ ਪੱਲੇ ਤਾਂ ਮਹਿਜ ਫੋਕੀਆਂ ਮੱਤਾਂ ਹੀ ਹਨ। ਕਿਸ ਨੂੰ ਲੰਗਰ ਦੇਣਾ ਹੈ ਤੇ ਕਿਵੇਂ ਦੇਣਾ ਹੈ ਦੀਆਂ ਮੱਤਾਂ ਦੇਣ ਵਿੱਚ ਮਸ਼ਰੂਫ ਅਪਗ੍ਰੇਡ ਸਾਧ ਕੀ ਦੱਸਣ ਦੀ ਜਹਿਮਤ ਕਰੇਗਾ। ਉਸਨੇ ਖੁਦ ਕਿਸ ਪਿੰਡ ਕਿਸ ਮੁਹੱਲੇ ਵਿੱਚ ਭੁੱਖਿਆਂ ਦਾ ਢਿੱਡ ਭਰਿਆ। ਉਹ ਕਰੋੜਾਂ ਦੇ ਸਾਮਰਾਜ ਦਾ ਮਾਲਕ ਹੈ, ਪਰ ਮਦਦ ਵਾਸਤੇ ਸਿਰਫ ਗਿਆਨ ਹੀ ਹੈ, ਵਿਚਾਰ ਹੀ ਹਨ। ਇੱਕ ਧੇਲਾ ਕੱਢਣਾ ਵੀ ਮੁਨਾਸਿਬ ਨਹੀਂ ਸਮਝਿਆ, ਜਦਕਿ ਬਰਨਾਲਾ ਦੀ ਇੱਕ ਗਰੀਬੜੀ ਔਰਤ ਮਦਦ ਲਈ ਬੈਂਕ ਖਾਤੇ 'ਚ ਆਏ 500 ਰੁਪਏ ਵੀ ਲੋਕਾਂ ਨੂੰ ਮਾਸਕ ਬਣਾਉਣ ਲਈ ਖਰਚ ਰਹੀ ਹੈ ਤਾਂ ਕਰੋੜਾਂ ਦਾ ਮਾਲਕ ਅਪਗ੍ਰੇਡ ਸਾਧ ਕਿ ਆਪਣੇ ਪੱਲਿਓਂ ਕਿਸੇ ਇੱਕ ਹਸਪਤਾਲ ਵਿੱਚ ਡਾਕਟਰੀ ਅਮਲੇ ਨੂੰ PPE ਕਿੱਟਾਂ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਚੁੱਕਣ ਜੋਗਾ ਵੀ ਨਹੀਂ ਜਾਂ ਭੁੱਖੇ ਲੋਕਾਂ ਨੂੰ ਲੰਗਰ ਪਹੁੰਚਾਉਣ ਜੋਗਾ ਵੀ ਨਹੀਂ। ਇਸ ਮਹਾਮਾਰੀ ਨੇ ਨਾ ਬਾਬਿਆਂ ਬੂਬਣਿਆਂ ਦੀ ਹਕੀਕਤ ਜਨਤਾ ਦੇ ਸਾਹਮਣੇ ਖੋਲ ਦਿੱਤੀ ਹੈ। ਫੈਸਲਾ ਹੁਣ ਜਨਤਾ ਨੇ ਕਰਨਾ ਹੈ ਕਿ ਕਰਾਮਾਤਾਂ ਵਿਖਾਉਣ ਵਾਲੇ, ਦੁਖੀਆਂ ਦੇ ਦੁੱਖ ਕੱਟਣ ਵਾਲੇ ਬਾਬੇ ਹੁਣ ਲੱਭਿਆ ਵੀ ਨਹੀਂ ਮਿਲਦੇ। ਜਿਸ ਸੰਗਤ ਦੀ ਕਮਾਈ ਨਾਲ ਮਹਿਲ ਉਸਾਰੇ, ਪੈਸਿਆਂ ਨਾਲ ਝੋੜੀਆਂ ਭਰੀਆਂ, ਉਸ ਸੰਗਤ ਨੂੰ ਛੱਡੇ ਬਾਬੇ ਰਸਾਦ ਕਿੱਧਰ ਜਾ ਲੁਕੇ ਹਨ, ਇਹ ਵੱਡਾ ਸਵਾਲ ਹੈ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।